ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਨਾਨਕ ਸਾਹਿਬ ਚੀਰਾ ਤੋਂ ਨਗਰ ਕੀਰਤਨ ਆਰੰਭ ਹੋਇਆ, ਜੋ ਕਿ ਵੱਖ ਵੱਖ ਪੜਾਅ ਤੋਂ ਹੁੰਦਾ ਹੋਇਆ ਅੱਜ ਇੰਦੌਰ ਦੀ ਧਰਤੀ 'ਤੇ ਪੁੱਜ ਚੁੱਕਾ ਹੈ। ਤਾਂ ਦੱਸਦੀ ਹੈ ਕਿਸ ਤਰ੍ਹਾਂ ਠਾਠਾ ਮਾਰਦਾ ਇਕੱਠ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਛਤਰ ਛਾਇਆ ਹੇਠ ਜਿਹੜਾ ਸੰਗਤਾਂ ਦਰਸ਼ਨ ਕਰ ਰਹੀਆਂ, ਤੁਸੀਂ ਦੇਖ ਸਕਦੇ ਹੋ ਇੰਦੌਰ ਦੀ ਧਰਤੀ ਵਿੱਚ ਸੰਗਤਾਂ ਕਿਸ ਤਰ੍ਹਾਂ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰ ਰਹੀਆਂ ਨੇ। ਇੰਦੌਰ ਦੀ ਧਰਤੀ 'ਤੇ ਪੁੱਜ ਚੁੱਕਾ ਹੈ ਨਗਰ ਕੀਰਤਨ। ਕੱਲ੍ਹ ਇਸ ਇੰਦੌਰ ਦੀ ਧਰਤੀ 'ਤੇ ਲਗਾਤਾਰ 2 ਦਿਨ ਇਸ ਪੜਾਅ 'ਤੇ ਘੁੰਮੇਗਾ, ਉਸ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾਇਆ ਗਿਆ ਅਤੇ ਫਿਰ 2 ਦਿਨ ਬਾਅਦ ਜਿਹੜਾ ਨਗਰ ਕੀਰਤਨ ਇਸ ਜਗ੍ਹਾ ਤੋਂ ਰਵਾਨਾ ਹੋਵੇਗਾ। ਸ਼੍ਰੀ ਗੁਰੂ ਨਾਨਕ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਅੱਜ ਇਸ ਸਥਾਨ ਤੋਂ ਪੁੱਜ ਚੁੱਕਾ ਹੈ। ਤਾਂ ਦੱਸਦੀ ਹੈ ਠਾਠਾ ਮਾਰਦਾ ਘੱਟ ਇਸ ਸੰਗਤਾਂ ਦੇ ਸ਼੍ਰੀ ਦੇਖ ਤੋਂ ਕਿਸ ਤਰ੍ਹਾਂ ਜਿਹੜਾ ਸੰਗਤਾਂ ਠਾਠਾ ਮਾਰਦਾ ਘੱਟ ਜਿਹੜਾ ਦਰਸ਼ਨ ਕਰ ਰਹੀਆਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ। ਸੋ ਇੰਦੌਰ ਦੀ ਧਰਤੀ 'ਤੇ ਨਗਰ ਪੁੱਤਰ ਪਹੁੰਚ ਚੁੱਕਾ ਹੈ। ਸੋ ਤੁਸੀਂ ਤਸਵੀਰਾਂ ਤੁਸੀਂ ਚੜ੍ਹਦੀ ਕਲਾ 'ਤੇ ਦੇਖ ਸਕਦੇ ਹੋ। ਕੈਮਰਾਮੈਨ ਕਮਲ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਦੇਖੋ ਜੀ, ਦੌੜ ਦੇ ਬੜੇ ਚੰਗੇ ਭਾਗ ਨੇ। ਕੀਰਤਨ ਦਾ ਸਵਾਗਤ ਕਰ ਰਹੇ ਨੇ ਜਗਤ ਗੁਰੂ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਜਿਹੜੇ ਪ੍ਰਕਾਸ਼ ਪਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਬੜੇ ਜਾਲੋ ਜਲਾਲ, ਬੜੇ ਜ਼ੋਰਾਂ ਸ਼ੋਰਾਂ ਨਾਲ। ਦੇਖੋ ਜੀ ਆਹ ਗੁਰੂ ਸਾਹਿਬ ਦੀ ਕਿਰਪਾ, ਫੌਜਾਂ ਕਿਵੇਂ ਆ ਰਹੀਆਂ ਨੇ। ਬਹੁਤ ਜ਼ੋਰ ਸ਼ੋਰ ਸੇ ਸਵਾਗਤ ਕੀਆ ਜਾ ਰਿਹਾ ਨਗਰ ਕੀਰਤਨ ਕਾ, ਔਰ ਇਹ ਆਪ ਦੇਖ ਹੀ ਰਹੇ ਫੂਲੋ ਸੇ ਸੇਵਾ ਹੋ ਰਹੀ ਹੈ ਔਰ ਪ੍ਰਸ਼ਾਦ ਬਟ ਰਿਹਾ ਹੈ। ਕਿਆ ਕਰਾਂ, ਜਦੋਂ ਕਿਹਾ ਮੈਂ ਸਿੱਧਿਆ ਜਾਓ, ਸਿੱਖ ਪੰਥ ਕੀ ਇਤਨੀ ਸ਼ਾਨ ਹੈ, ਅੱਜ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਆਪ ਕਿਸੇ ਉੱਤਰ ਸੇ ਕਿਆ ਕਹਿਣਾ ਚਾਹੋਗੇ? ਸਭ ਕੋ ਮਿਲ ਜੁਲ ਕੇ ਇਸ ਨਗਰ ਕੀਰਤਨ ਕੋ ਜੁਆਇਨ ਕਰਕੇ ਯਹਾਂ ਪੇ ਸੇਵਾ ਕਰਨੀ ਚਾਹੀਏ। ਇਹ ਹੁਣ ਇੰਦੌਰ MP ਮੱਧ ਪ੍ਰਦੇਸ਼ ਵਿੱਚ ਵਿਸ਼ਨੂਪੁਰੀ ਕਲੋਨੀ ਵਿੱਚੋਂ ਦੀ ਇਹ ਨਿਕਲ ਰਿਹਾ ਹੈ ਔਰ ਇੱਥੇ ਬੜੀ ਵੱਧ ਚੜ੍ਹ ਕੇ ਸੰਗਤਾਂ ਜਿਹੜੀਆਂ ਨੇ ਇਹ ਹਿੱਸਾ ਲੈ ਰਹੀਆਂ ਨੇ ਇਹਦੇ ਵਿੱਚ ਔਰ ਬੜਾ ਹੀ ਅੱਛਾ ਉਪਰਾਲਾ ਕੀਤਾ ਹੈ। ਬਹੁਤ ਬਹੁਤ ਵਧੀਆ, ਮਹਾਰਾਜ ਜੀ ਨੇ ਸਾਨੂੰ ਇਹ ਮੌਕਾ ਸਾਡੇ ਰਹਿੰਦੇ ਦਿੱਤਾ ਹੈ, ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਵੀ। ਨਾਲੇ ਇੱਥੇ ਵੀ ਸੰਗਤ ਜਿਹੜੀ ਬੜਾ ਵੱਧ ਚੜ੍ਹ ਕੇ ਸਵਾਗਤ ਕਰ ਰਹੀ ਹੈ ਨਗਰ ਕੀਰਤਨ ਦਾ।